ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਸਾਰੇ ਜੀ ਤੇ ਉਮੀਦ ਸਾਰੇ ਠੀਕ ਹੀ ਹੋਣੇ ਨੇ ਤੇ ਅੱਜ ਇੱਕ ਨਵਾਂ ਵਲੌਗ ਜਿੰਦੇ ਚ ਕੁਝ ਤੁਹਾਡੇ ਕੁਐਸਚਨ ਸੀ ਜਿਹੜੇ ਮੈਂ ਕਿਹਾ ਵੀ ਚਲੋ ਇੱਕ ਵੀਡੀਓ ਬਣਾ ਕੇ ਤੁਹਾਨੂੰ ਉਹਨਾਂ ਦਾ ਜਵਾਬ ਦੇ ਦੇਣਾ ਵੈਸੇ ਮੈਂ ਕਮੈਂਟ ਜਿਹੜੇ ਤੁਸੀਂ ਕਰਦੇ ਜਣਾ ਉਹ ਕਮੈਂਟਾਂ ਦੇ ਵਿੱਚ ਮੈਂ ਸਾਰੇ ਜਵਾਬ ਦੇ ਦੇਣਾ ਵਾ ਪਰ ਫਿਰ ਵੀ ਤੁਹਾਡੇ ਉਹੀ बार-बार बार-बार ਉਹੀ ਉਹੀ ਕੁਐਸਚਨ ਆਉਂਦੇ ਨੇ ਤੇ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਾ ਕੇ ਤੇ ਮੈਂ ਇਹਦਾ ਜਵਾਬ ਦੇਣਾ ਇੱਕ ਸੀ ਲੋਕਡਾਊਨ ਬਾਰੇ ਲੋਕਡਾਊਨ ਪੋਲੈਂਡ ਦੇ ਵਿੱਚ ਸਕੂਲ ਵਗੈਰਾ ਸ਼ਾਇਦ ਮੰਡੇ ਤੋਂ ਖੁੱਲ ਜਾਣਗੇ ਜਾਂ ਇਹ ਵੀਡੀਓ ਜਦੋਂ ਡਾਊਨਲੋਡ ਹੋਏਗੀ ਅਪਲੋਡ ਹੋਏਗੀ ਤੇ ਉਦੋਂ ਸਕੂਲ ਖੁੱਲ ਚੁੱਕੇ ਹੋਣਗੇ ਤੇ ਲੋਕਡਾਊਨ ਹਾਲੇ ਉਵੇਂ ਲੱਗਾ ਹੋਇਆ ਵਾ ਪੋਲੈਂਡ ਦੇ ਵਿੱਚ ਤੇ ਕਰੋਨਾ ਦੇ ਕੇਸ ਵੀ ਹੱਲੇ ਬਹੁਤ ਜ਼ਿਆਦਾ ਤਾਂ ਨਹੀਂ ਕਰ ਆ ਰਹੇ ਨੇ ਕਾਫੀ ਨਾਲੋਂ ਜ਼ਿਆਦਾ ਆ ਰਹੇ ਨੇ ਤੇ ਲੋਕਡਾਊਨ ਹਾਲੇ ਪੂਰੀ ਤਰ੍ਹਾਂ ਨਹੀਂ ਲੋਕਡਾਊਨ ਖੁੱਲਿਆ ਪਰ ਜੇ ਤੁਹਾਡਾ ਵੀਜ਼ਾ ਲੱਗ ਗਿਆ ਵਾ ਇੰਡੀਆ ਤੋਂ ਤੇ ਤੁਸੀਂ ਫਿਰ ਪੋਲਨ ਨੂੰ ਫਲਾਈ ਕਰ ਸਕਦੇ ਜੇ ਉਹਦੇ ਵਿੱਚ ਲੋਕਡਾਊਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਲੋਕਡਾਊਨ ਕਰਕੇ ਤੁਹਾਨੂੰ ਫਲਾਈ ਨਹੀਂ ਕਰਨ ਦੇਣਗੇ ਬਸ ਇਹਨਾਂ ਵੀ ਤੁਸੀਂ ਜਦੋਂ ਉੱਥੋਂ ਇੰਡੀਆ ਤੋਂ ਫਲਾਈ ਕਰਨਾ ਵਾ ਇੱਕ ਤਾਂ ਆਪਦੀ ਕੰਪਨੀ ਜਾਂ ਆਪਦੇ ਸਕੂਲ ਯੂਨੀਵਰਸਿਟੀ ਨਾਲ ਫੋਨ ਕਰਕੇ ਉਹਨਾਂ ਨੂੰ ਕਨਫਰਮੇਸ਼ਨ ਲੈ ਲਓ ਵੀ ਕੰਮ ਚੱਲਦਾ ਵਾ ਜਾਂ ਯੂਨੀਵਰਸਿਟੀ ਖੁੱਲੀ ਆ ਤੇ ਕੋਰੋਨਾ ਦਾ ਟੈਸਟ ਕਰਾਉਣਾ ਪੈਣਾ ਵਾ ਹੋਰ ਜੇ ਤੁਹਾਡਾ ਵੀਜ਼ਾ ਲੱਗ ਗਿਆ ਵਾ ਲੋਕਡਾਊਨ ਦਾ ਹੁੰਦੇ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਪੋਲਨ ਨੂੰ ਫਲਾਈ ਕਰ ਸਕਦੇ ਹੁਣ ਆਪਾਂ ਕੁਐਸਚਨ ਹੈ ਜੀ ਕੁਐਸਚਨ ਸ਼ੁਰੂ ਕਰਦੇ ਆਂ ਅ ਜਿਵੇਂ ਸੀ ਇੱਕ ਲਾਕਡਾਊਨ ਕੇ ਸਿਚੁਏਸ਼ਨ ਆ ਅਭੀ ਵਰਕ ਪਰਮਿਟ ਕੀ ਅਪਲਾਈ ਕਰ ਸਕਤਾ ਹੂੰ ਕਿ ਨਹੀਂ ਭਾਈ ਲਾਕਡਾਊਨ ਹੋਵੇ ਜਿਵੇਂ ਮੈਂ ਦੱਸ ਕੇ ਹਟਿਆ ਵੀ ਲਾਕਡਾਊਨ ਨਾਲ ਤੁਹਾਡੇ ਵੀਜ਼ਾ ਤੇ ਕੋਈ ਫਰਕ ਨਹੀਂ ਪੈਂਦਾ ਕੰਮ ਬੱਡ ਪੈਂਡ ਹੁੰਦਾ ਵਾ ਅੰਬੈਸੀ ਤੇ ਤੇ ਤੁਹਾਡੀ ਇੰਟਰਵਿਊ ਤੇ ਤੁਹਾਨੂੰ ਉਹਨਾਂ ਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ ਪਰ ਤੁਸੀਂ ਅਪਲਾਈ ਕਰੋ ਅਪਲਾਈ ਤੁਸੀਂ ਜ਼ਰੂਰ ਕਰ ਸਕਦੇ ਜੇ ਲਾਕਡਾਊਨ ਦਾ ਹੁੰਦੇ ਸਿਚੁਏਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਤੁਹਾਡੀ ਕਿਸਮਤ ਆ ਮਿਲਣਾ ਕਿ ਨਹੀਂ ਮਿਲਣਾ ਹੁਣ ਇਸ ਤਰ੍ਹਾਂ ਹੀ ਇੱਕ ਅਗਲਾ ਸੀ ਸਵਾਲ ਦੀ ਪਲੀਜ਼ ਦੱਸੋ ਕਿਸੇ ਕੋਲ ਪੋਲੈਂਡ ਵਰਕ ਹੋਵੇ ਤਾਂ ਜਰਮਨ ਵਿੱਚ ਕੰਮ ਕਰ ਸਕਦਾ ਹੈ ਤੇ ਜਰਮਨੀ ਵਿੱਚ ਵਰਕ ਕੰਟਰੈਕਟ ਮਿਲ ਜਾਂਦਾ ਆ ਭਾਜੀ ਜੇ ਤੁਹਾਡੇ ਕੋਲ ਪੋਲੈਂਡ ਦੀ ਟੀਆਰਸੀ ਆ ਹਾਂ ਜਾਂ ਪੋਲੈਂਡ ਦਾ ਵਰਕ ਪਰਮਟ ਆ ਤੇ ਤੁਸੀਂ ਜਰਮਨ ਚ ਵਿਜ਼ਿਟ ਕਰ ਸਕਦੇ ਜੀ ਲੀਗਲੀ 3 ਦਿਨਾਂ ਦੇ ਲਈ ਜਰਮਨ ਜਾਂ ਸ਼ੈਨਗਨ ਜ਼ੋਨ ਦੇ ਵਿੱਚ ਕੰਮ ਦੀ ਤੁਹਾਨੂੰ ਪਰਮਿਸ਼ਨ ਨਹੀਂ ਹੁੰਦੀ ਤੇ ਨਾ ਹੀ ਤੁਸੀਂ ਆਪਦਾ ਟੀਆਰਸੀ ਕਾਰਡ ਤੁਸੀਂ ਚੇਂਜ ਕਰਵਾ ਸਕਦੇ ਜੀ ਵੀ ਜਾ ਸਕਦੇ ਜੇ ਪਰ ਕੰਮ ਨਹੀਂ ਉੱਥੇ ਤੁਸੀਂ ਕਰ ਸਕਦੇ ਤੇ ਅਗਲਾ ਕੁਐਸਚਨ ਸੀ ਭਾਜੀ ਨਾਰਵੇ ਟੂਰਿਸਟ ਵੀਜ਼ੇ ਤੇ ਆ ਕੇ ਵਰਕ ਪਰਮਿਟ ਵਿੱਚ ਕਨਵਰਟ ਹੋ ਸਕਦਾ ਹੈ ਨਹੀਂ ਜੀ ਜੇ ਤੁਸੀਂ ਨਾਰਵੇ ਵਿਜ਼ਿਟ ਵੀਜ਼ੇ ਤੇ ਆਉਂਦੇ ਜੇ ਤੇ ਉਹ ਤੁਹਾਨੂੰ ਵਰਕ ਪਰਮਿਟ ਦੇ ਵਿੱਚ ਉਹ ਵੀਜ਼ਾ ਕਨਵਰਟ ਨਹੀਂ ਹੁੰਦਾ ਤੇ ਕੁਐਸਚਨ ਸੀ ਅਗਲਾ ਜੀ ਪੋਲੈਂਡ ਵਰਕ ਪਰਮਿਟ ਓਪਨ ਵਰਕ ਪਰਮਿਟ ਦਿੰਦਾ ਕਿ ਨਹੀਂ ਦਿੰਦਾ ਨਹੀਂ ਭਾਜੀ ਪੋਲੈਂਡ ਓਪਨ ਵਰਕ ਪਰਮਿਟ ਨਹੀਂ ਦਿੰਦਾ ਪੋਲੈਂਡ ਦੇ ਵਿੱਚ ਜਿਸ ਕੰਪਨੀ 'ਚ ਤੁਸੀਂ ਆਉਂਦੇ ਜੇ ਉਸੇ ਕੰਪਨੀ 'ਚ ਹੀ ਤੁਹਾਨੂੰ ਕੰਮ ਦੀ ਪਰਮਿਸ਼ਨ ਹੁੰਦੀ ਆ ਤੁਸੀਂ ਬਾਹਰ ਕੰਮ ਕਿਤੇ ਹੋਰ ਲੀਗਲੀ ਕੰਮ ਨਹੀਂ ਕਰ ਸਕਦੇ ਜਿਸ ਕੰਪਨੀ 'ਚ ਤੁਸੀਂ ਆਉਣਾ ਉਸੇ ਕੰਪਨੀ 'ਚ ਤੁਹਾਨੂੰ ਕੰਮ ਦੀ ਪਰਮਿਸ਼ਨ ਹੁੰਦੀ ਆ ਓਪਨ ਵਰਕ ਪਰਮਿਟ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਵਰਕ ਪਰਮਿਟ ਤੇ ਆ ਜਾਓ ਤੇ ਜਿਹੜੀ ਮਰਜ਼ੀ ਕੰਪਨੀ 'ਚ ਤੁਸੀਂ ਕੰਮ ਕਰੋ ਨਹੀਂ ਜੀ ਇਸ ਤਰ੍ਹਾਂ ਨਹੀਂ ਹੁੰਦਾ ਪੋਲੈਂਡ ਓਪਨ ਵਰਕ ਪਰਮਿਟ ਨਹੀਂ ਦਿੰਦਾ ਜਿਸ ਕੰਪਨੀ 'ਚ ਤੁਸੀਂ ਆਉਂਦੇ ਜੇ ਉਸੇ ਕੰਪਨੀ ਦੇ ਵਿੱਚ ਹੀ ਤੁਹਾਨੂੰ ਕੰਮ ਦੀ ਪਰਮਿਸ਼ਨ ਹੁੰਦੀ ਆ ਤੇ ਅਗਲਾ ਸਹੀ ਜੀ ਆ ਪਾਈ ਪਤਾ ਭਾਜੀ ਪਤਾ ਕਿਵੇਂ ਲੱਗੇਗਾ ਕੰਪਨੀ ਟੈਕਸ ਪੇ ਕਰਦੀ ਆ ਕਿ ਨਹੀਂ ਹਾਂ ਇਹ ਗੁੱਡ ਕੁਐਸਚਨ ਆ ਇਹ ਇੱਕ ਤਾਂ ਇਹਦੇ ਦੋ ਤਰ੍ਹਾਂ ਨਾਲ ਤੁਸੀਂ ਪਤਾ ਕਰ ਸਕਦੇ ਹੋ ਜੀ ਇੱਕ ਤਾਂ ਤੁਸੀਂ ਸਿੱਧਾ ਹੀ ਟੈਕਸ ਆਫਿਸ ਚਲੇ ਜਾਓ ਤੇ ਟੈਕਸ ਆਫਿਸ ਜਾ ਕੇ ਤੁਸੀਂ ਉਹਨਾਂ ਨੂੰ ਆਪਣਾ ਪੀਸਲ ਨੰਬਰ ਜਾਂ ਜਿਵੇਂ ਪੋਲੈਂਡ ਜਿਹਨੂੰ ਪੀਸਲ ਨੰਬਰ ਕਹਿੰਦੇ ਨੇ ਤੇ ਇੰਗਲਿਸ਼ ਵਿੱਚ ਤੁਸੀਂ ਟੈਕਸ ਆਫਿਸ ਟੈਕਸ ਨੰਬਰ ਕਹਿ ਸਕਦੇ ਹੋ ਜੀ ਤੇ ਉਹ ਜਾ ਕੇ ਤੁਸੀਂ ਦੱਸੋਗੇ ਦੇ ਤੁਹਾਨੂੰ ਦੱਸ ਦੇਣਗੇ ਵੀ ਤੁਹਾਡਾ ਟੈਕਸ ਜਾਂਦਾ ਪਰ ਇਹ ਸ਼ਾਇਦ ਨਾ ਦੱਸਣਗੇ ਵੀ ਕਿੰਨਾ ਜਾਂਦਾ ਪਰ ਇਹ ਦੱਸ ਦੇਣਗੇ ਹਾਂਜੀ ਤੁਹਾਡਾ ਟੈਕਸ ਜਾਂਦਾ ਵਾ ਤੇ ਜੇ ਤੁਸੀਂ ਨਹੀਂ ਵੀ ਟੈਕਸ ਆਫਿਸ ਜਾਣਾ ਤੇ ਕੋਈ ਨਹੀਂ ਸਾਲ ਦੇ ਖੀਰ ਤੇ ਤੁਹਾਨੂੰ ਉਹਨਾਂ ਨੇ ਪਿੱਟ 37 ਜਾਂ ਪਿੱਟ 11 ਤੇ ਇਹ ਤਾਂ ਤੁਹਾਨੂੰ ਦੇਣੀ ਹੀ ਪੈਣੀ ਆ ਜੇ ਤੁਹਾਡਾ ਟੈਕਸ ਜਾਂਦਾ ਹੋਏਗਾ ਤੇ ਉਦੋਂ ਵੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡਾ ਟੈਕਸ ਜਾਂਦਾ ਕਿਵੇਂ ਜਾਂਦਾ ਕਿ ਇਹ ਕੋਈ ਏਡੀ ਇਸ਼ੂ ਵਾਲੀ ਗੱਲ ਨਹੀਂ ਹੈਗੀ ਤੁਸੀਂ ਪਤਾ ਕਰ ਸਕਦੇ ਹੋ ਜੇ ਵੀ ਤੁਹਾਡਾ ਟੈਕਸ ਜਾਂਦਾ ਕਿੰਨੀ ਜਾਂਦਾ ਤੇ ਅਗਲਾ ਕੁਐਸਚਨ ਸੀ ਭਾਜੀ ਕੰਕਰ ਹੀਟ ਵਰਕ ਵਰਕਰ ਕਿਹੜੇ ਹੁੰਦੇ ਹਨ ਤੇ ਕਿਦਾਂ ਦਾ ਕੰਮ ਹੁੰਦਾ ਹੈ ਇਹ ਭਾਜੀ ਕੰਕਰੀਟ ਵਰਕਰ ਹੁਣ ਲੇਬਰ ਕਲਾਸ 'ਚ ਆਉਣਗੇ ਹੁਣੇ ਤਾਂ ਇੰਨਾਕ ਤਾਂ ਭਾਜੀ ਤੁਸੀਂ ਆਪ ਵੀ ਰੱਖਿਆ ਕਰੋ ਨਾ ਜਾਣਕਾਰੀ ਹੁਣ ਤੁਸੀਂ ਛੋਟੇ ਛੋਟੇ ਗੱਲਾਂ ਹੀ ਪੁੱਛੋਗੇ ਹੁਣ ਲੇਬਰ ਵਰਕ ਹੁਣ ਉਹ ਲੇਬਰ ਜਿਹੜਾ ਜਿਹਨੇ ਕੰਕਰੀਟ ਦਾ ਕੰਮ ਕਰਦਾ ਉਹਨੇ ਹੁਣ ਦਫ਼ਤਰ 'ਚ ਬਹਿ ਕੇ ਇੱਥੇ ਆ ਕੇ ਕੰਮ ਤਾਂ ਕਰਨਾ ਨਹੀਂ ਤੇ ਲੇਬਰ ਵਰਕ 'ਚ ਹੀ ਆਏਗਾ ਉਹ ਤੇ ਇਸ ਲਈ ਛੋਟੀਆਂ-ਛੋਟੀਆਂ ਤੁਸੀਂ ਨਾ ਆਪ ਵੀ ਧਿਆਨ ਰੱਖਿਆ ਕਰੋ ਥੋੜੇ ਜੇ ਇੰਨੀਆਂ ਕਿ ਉਹ ਜਨਰਲ ਨੌਲੇਜ ਹੋਣੀ ਚਾਹੀਦੀ ਆ ਇਹ ਪੁੱਛਣ ਦੀ ਕੋ ਲੋੜ ਨਹੀਂ ਹੁੰਦੀ ਵੀ ਕੰਕਰੀਟ ਦਾ ਕੰਮ ਕਰਦੇ ਤੇ ਲੇਬਰ ਚ ਆਏਗਾ ਕਿ ਨਹੀਂ ਆਏਗਾ ਤੇ ਅਗਲਾ ਸੀ ਸਰ ਮੈਂ ਦੱਸਿਓ ਕੰਪਨੀ ਹੈਗੀ ਆ ਪੋਲੈਂਡ ਦੇ ਵਿੱਚ ਕੋਈ ਫਲਾਣੀ ਫਲਾਣੀ ਕੰਪਨੀ ਇੱਕਾ ਵੀ ਕੁਐਸਚਨ ਬੜਾ ਆਉਂਦਾ ਕੰਪਨੀ ਭਾਜੀ ਦੱਸੋ ਕੰਪਨੀਆਂ ਕਿਵੇਂ ਆ ਭਾਜੀ ਪੋਲੈਂਡ ਦੇ ਵਿੱਚ ਰੋਜ਼ ਹਜ਼ਾਰਾਂ ਕੰਪਨੀਆਂ ਖੁੱਲਦੀਆਂ ਨੇ ਤੇ ਹਜ਼ਾਰਾਂ ਹੀ ਕੰਪਨੀਆਂ ਬੰਦ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਲਿਖਦੇ ਜੀ ਆ ਭਾਜੀ ਆ ਫਲਾਣੀ ਕੰਪਨੀ ਤੁਸੀਂ ਦੱਸੋ ਵੀ ਇੰਟਰਨੈਟ ਤੇ ਤੇ ਮੈਂ ਵੀ ਇੰਟਰਨੈਟ ਤੇ ਚੈੱਕ ਕਰਕੇ ਦੱਸਣੀ ਆ ਹੁਣ ਅ ਮੈਂ ਨਾ ਤਾਂ ਮੇਰੇ ਕੋਲ ਇਹਨਾਂ ਟਾਈਮ ਹੁੰਦਾ ਵਾ ਵੀ ਮੈਂ ਫਲਾਣੇ ਸ਼ਹਿਰ ਦੇ ਵਿੱਚ ਜਾ ਕੇ ਤੁਹਾਡੇ ਲਈ ਪਤਾ ਕਰਾਂ ਤੇ ਨਾ ਹੀ ਇਹਨੇ ਸਰਸਸ ਹੁੰਦੇ ਨੇ ਤੇ ਮੈਂ ਵੀ ਇੰਟਰਨੈਟ ਤੇ ਬੈਠ ਕੇ ਚੈੱਕ ਕਰਨਾ ਵੀ ਇਹ ਕੰਪਨੀ ਹੈਗੀ ਕਿ ਨਹੀਂ ਹੈਗੀ ਤੇ ਤੁਸੀਂ ਵੀ ਇੰਟਰਨੈਟ ਤੇ ਬੈਠ ਕੇ ਚੈੱਕ ਕਰੋ ਇੱਕ ਇਹਦੇ ਲਈ ਮੈਂ ਇੱਕ ਵੀਡੀਓ ਬਣਾਈ ਹੋਈ ਆ ਨਾ ਉਹਦਾ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦੇਵਾਂਗਾ ਤੇ ਤੁਸੀਂ ਦੇਖ ਲਿਆ ਜੇ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਕੰਪਨੀ ਸਹੀ ਹੈ ਕਿ ਨਹੀਂ ਸਹੀ ਹੈਗੀ ਅਗਲਾ ਕੁਐਸਚਨ ਸੀ ਇਹਦਾ ਕਾਫੀ ਵੱਡਾ ਹੈ ਬਾਈ ਜੀ ਦਾ ਕੁਐਸਚਨ ਲਿਖਿਆ ਹੋਇਆ ਵਾ ਮੈਂ ਪੋਲਨ ਮੇਂ ਵਰਕ ਲੱਗ ਜਾਂਦਾ ਹਾਂ ਮੈਂ ਆ ਜਾਤਾ ਹੂੰ ਕੰਪਨੀ ਇਸ਼ੂ ਕਰਤੀ ਹੈ ਅਗਰ ਕੰਪਨੀ ਨਹੀਂ ਇਸ਼ੂ ਕਰਤੀ ਮੇਰਾ ਪਾਸਪੋਰਟ ਉਹ ਰਖ ਲੈਂਦੇ ਹੈ ਪਾਸਪੋਰਟ ਰੱਖਣੇ ਕੇ ਬਾਅਦ ਵੀ ਇਹਨਾਂ ਦਾ ਕਾਫੀ ਵੱਡਾ ਸੀ ਕੁਐਸਚਨ ਵੱਲੋਂ ਮੈਂ ਨਾਰਮਲੀ ਦੱਸਦਾ ਜਦੋਂ ਤੁਸੀਂ ਪੋਲੈਂਡ ਦੇ ਵਿੱਚ ਆ ਜਾਂਦੇ ਜੇ ਕਿਸੇ ਕੰਪਨੀ ਕੋਈ ਕੰਪਨੀ ਤੁਹਾਨੂੰ ਵਰਕ ਪਰਮਿਟ ਦਿੰਦੀ ਹੈ ਤੇ ਕੁਝ ਕੰਪਨੀਆਂ ਤੁਹਾਡੇ ਤੋਂ ਪਾਸਪੋਰਟ ਰੱਖ ਲੈਂਦੀਆਂ ਕੁਝ ਕੰਪਨੀਆਂ ਪਾਸਪੋਰਟ ਨਹੀਂ ਰੱਖਦੀਆਂ ਪਰ ਲੀਗਲੀ ਤੁਹਾਡਾ ਪਾਸਪੋਰਟ ਨਹੀਂ ਲੈ ਸਕਦੀਆਂ ਤੇ ਉਸ ਤੋਂ ਬਾਅਦ ਉਹ ਕੰਪਨੀ ਤੇ ਡਿਪੈਂਡ ਹੁੰਦਾ ਵਾ ਤੇ ਕੰਪਨੀ ਨੇ ਪਾਸਪੋਰਟ ਰੱਖਣਾ ਜਾਂ ਕੰਪਨੀ ਨੇ ਤੁਹਾਡਾ ਵੀਜ਼ਾ ਅੱਗੇ ਵਧਾਉਣਾ ਵਾ ਕਿ ਨਹੀਂ ਵਧਾਉਣਾ ਤੁਹਾਡੀ TCRC ਅਪਲਾਈ ਕਰਨੀ ਆ ਕਿ ਨਹੀਂ ਕਰਨੀ ਮੇਰੇ ਕਹਿਣ ਤੇ ਜਾਂ ਕਿਸੇ ਬੰਦੇ ਦੇ ਕਹਿਣ ਤੇ ਕੰਪਨੀਆਂ ਨੇ ਆਪ ਦੇ ਡਿਸੀਜਨ ਨਹੀਂ ਚੇਂਜ ਕਰਦੀਆਂ ਹੁੰਦੀਆਂ ਜਦੋਂ ਤੁਸੀਂ ਇੱਥੇ ਆਓਗੇ ਕੰਪਨੀ 'ਚ ਕੰਮ ਕਰੋਗੇ ਤੇ ਤੁਹਾਨੂੰ ਕੰਪਨੀ ਦੇ ਹਾਲਾਤ ਪਤਾ ਲੱਗ ਜਾਣਗੇ ਵੀ ਇਹਦੇ ਕੋਲ ਕਿੰਨਾ ਕੰਮ ਹੈਗਾ ਵਾ ਇਹਨੂੰ ਵਰਕਰਾਂ ਦੀ ਅੱਗੇ ਜ਼ਰੂਰ ਤੇ ਹੈਗੀ ਆ ਜੇ ਨਹੀਂ ਹੈਗੀ ਤੇ ਤੁਹਾਡੇ ਵੀ ਜੇ ਅਪਲਾਈ ਨਹੀਂ ਹੋਣੇ ਤੇ ਜੇ ਹੋਏਗੀ ਤੇ ਤੁਹਾਡੀ টিਆਰਸੀ ਅਪਲਾਈ ਹੋ ਜਾਣਗੀਆਂ ਇਹ ਸੀ ਜੀ ਅਗਲਾ ਸੀ ਜੀ ਕੁਐਸਚਨ ਆਫਟਰ ਵਰਕ ਪਰਮਿਟ ਬਾਜੀ ਵਰਕ ਕੇ ਚਾਂਸ ਕਿਤਨੇ ਪਰਸੈਂਟ ਹੁੰਦੇ ਹੈ ਪਲੀਜ਼ ਹੈਲਪ ਮੀ ਭਾਈ ਜੇ ਤੁਹਾਡਾ ਵਰਕ ਪਰਮਿਟ ਲੱਗ ਜਾਂਦਾ ਵਾ ਤੇ ਹੁਣ ਕੰਮ ਦੇ ਵੀਜ਼ੇ ਦੇ ਚਾਂਸ ਉਹ ਤਾਂ ਹੁਣ ਅੰਬੈਸੀ ਦੇ ਡਿਪੈਂਡ ਹੁੰਦੇ ਨਾ ਤੁਸੀਂ ਇੰਟਰਵਿਊ ਦੀ ਤਿਆਰੀ ਕਰਕੇ ਜਾਓ ਤੇ ਇੰਟਰੀ ਵਿੱਚ ਜੇ ਉਹ ਸੈਟੀਸਫਾਈ ਹੋ ਜਾਂਦੇ ਨੇ ਵੀ ਜਿਹੜੇ ਉਹ ਸਵਾਲ ਪੁੱਛਦੇ ਨੇ ਤੁਸੀਂ ਉਹਨਾਂ ਦੇ ਰਿਗਾਰਡਿੰਗ ਅਨਸਰ ਸਹੀ ਦਿੰਦੇ ਜੇ ਤੇ ਉਹਨਾਂ ਨੂੰ ਲੱਗਦਾ ਹਾਂ ਵੀ ਬੰਦਾ ਜੈਨੂਅਨਾ ਤੇ ਕੰਪਨੀ ਵੀ ਜੈਨੂਅਨਾ ਠੀਕ ਹੈ ਵੀ ਇਹਨੇ ਉੱਥੇ ਜਾ ਕੇ ਕੰਮ ਹੀ ਕਰਨਾ ਵਾ ਤੇ ਇਹਨੇ ਅੱਗੇ ਪਿੱਛੇ ਭਜਣਾ ਨਹੀਂ ਹੈਗਾ ਤੇ ਉਹ ਫਿਰ ਤੁਹਾਡਾ ਵੀ ਇਸ਼ੂ ਕਰ ਵੀਜ਼ਾ ਇਸ਼ੂ ਕਰ ਦਿੰਦੇ ਨੇ ਹੁਣ ਪਰਸੈਂਟੇਜ ਦਾ ਕੋਈ ਪਰਸੈਂਟੇਜ ਨਹੀਂ ਜੀ ਹੁੰਦੀ ਜਾਂਦੀ ਐਵੇਂ ਏਜੰਟ ਮਾਰਦੇ ਝੂਠ ਤੁਹਾਡੀ ਕਿਸਮਤ ਤੇ ਕਿਸਮਤ ਦਾ ਕਰ ਨਹੀਂ ਅੰਬੈਸੀ ਤੇ ਡਿਪੈਂਡ ਹੁੰਦਾ ਵਾ ਵੀ ਉਹਨੇ ਤੁਹਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ ਇਹ ਸੀ ਕੁਝ ਕੁਸਚਨ ਜੀ ਜਿਹੜੇ ਵਾਰ-ਵਾਰ ਵਾਰ-ਵਾਰ ਰਿਪੀਟ ਹੁੰਦੇ ਸੀ ਤੇ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਾ ਕੇ ਇਹਨਾਂ ਦੇ ਅਨਸਰ ਦੇ ਦਿਆਂ ਲਾਕਡਾਊਨ ਬਾਰੇ ਸੀ ਲਾਕਡਾਊਨ ਹਲੇ ਚੱਲਦਾ ਪਿਆ ਵਾ ਤੇ ਸ਼ਾਇਦ 17 April ਕੇ 20 April ਤੱਕ ਇਹਨਾਂ ਨੇ ਵਧਾ ਦਿੱਤਾ ਵਾ ਥੋੜਾ ਜਿਹਾ ਘਟਲਾਂ ਦਿੱਤੀਆਂ ਨੇ ਸ਼ੋਰਟ ਦਿੱਤੀਆਂ ਨੇ ਪਰ ਲਾਕਡਾਊਨ ਹਾਲ ਉਵੇਂ ਹੀ ਆ ਤੇ ਜੇ ਕੋਈ ਨਵੀਂ ਅਪਡੇਟ ਆਉਂਦੀ ਹੈ ਲਾਕਡਾਊਨ ਬਾਰੇ ਤੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਜੀ ਤੇ ਤੁਸੀਂ ਇਸੇ ਤਰ੍ਹਾਂ ਹੀ ਆਪਦਾ ਪਿਆਰ ਬਣਾਈ ਰੱਖੋ ਚੈਨਲ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਇੱਕ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ